ਕੀ ਅਚਾਰ ਦੇ ਲਈ ਡਿਵੋਰਸ? ਖੋਦਿਆ ਪਹਾੜ ਤੇ ਨਿਕਲਿਆ ਅਚਾਰ। ਡੀਅਰ ਦਲੇਰ, ਔਰਤਾਂ ਬੜਾ ਕੁਝ ਬਰਦਾਸ਼ਤ ਕਰ ਜਾਂਦੀਆਂ, ਪਰ ਨਿੱਕੀਆਂ ਨਿੱਕੀਆਂ ਗੱਲਾਂ ਕਈ ਵਾਰੀ ਬਰਦਾਸ਼ਤ ਨਹੀਂ ਕਰਦੀਆਂ। ਸੋ ਜੇ ਔਰਤ ਨਾਲ ਜਨਾਨੀ ਨਾਲ ਗੱਲ ਕਰਨੀ ਹੋਵੇ ਨਾ, ਤਾਂ ਸੰਭਲ ਕੇ ਕਰਨੀ ਚਾਹੀਦੀ ਹੈ। ਮੂੰਹ ਚੋਂ ਨਿਕਲੀ ਗੱਲ ਤੇ ਕਮਾਨ ਚੋਂ ਨਿਕਲਿਆ ਤੀਰ ਕਿਤੇ ਦਾ ਜਾ ਕੇ ਵੱਜਦਾ ਹੀ ਹੈ, ਤੇ ਸਿੱਧਾ ਵੱਜਿਆ ਜਾ ਕੇ ਕੋਰਟ ਦੇ ਵਿੱਚ। ਮੈਂ ਵੀ ਆ ਜਾਂਦਾ ਹਾਂ ਕੋਰਟ ਵਿੱਚ, ਕਮੈਂਟਰੀ ਤਾਂ ਤੇਰੀ ਬਤੇਰੀ ਸੁਣ ਲਈ, ਹੁਣ ਲਾਈਵ ਟੈਲੀਕਾਸਟ ਵੀ ਦੇਖਾਂ। ਸ਼ੋਰ ਸ਼ੋਰ, ਜਦੋਂ ਮਰਜ਼ੀ, ਤੇਰੀ ਆਪਣੀ ਤਾਂ ਕੋਰਟ ਹੈ, ਲੈਟਸ ਗੋ। ਬੈਜਾ ਬੈਜਾ, ਅੱਗੇ ਤਾਂ ਦੱਸ ਕੀ ਹੋਊਗਾ। ਸਵਾਦਾਂ ਦੇ ਫਟਿਆ, ਅੱਗੇ ਕੀ ਹੋਊਗਾ? ਬੰਮ ਧਮਾਕਾ। ਉਹ ਪ੍ਰੈਸ ਵਾਲੀ ਗੱਲ ਯਾਦ ਆ, ਪ੍ਰੈਸ ਵਾਲੀ ਜਿਹੜੀ ਲਾਈ ਸੀ, ਉਹਦਾ ਸੇਕ ਉਹਦੀ ਅੱਗ ਹਾਲੇ ਤੱਕ ਮੱਠੀ ਨਹੀਂ ਪਈ, ਜ਼ਖਮ ਤਾਜ਼ੇ ਨੇ। ਦੇਖ, ਰਣਵੀਰ ਨੇ ਪੁਲਿਸ ਕੋਲ ਰਿਪੋਰਟ ਨਹੀਂ ਕੀਤੀ, ਇਟ ਮੀਨਸ ਉਹ ਆਪਣੇ ਤਰੀਕੇ ਨਾਲ ਬਦਲ ਲਊਗਾ। ਅੱਜ ਉਸ ਕਾਕੀ ਨੇ ਹੌਸਪੀਟਲ ਦੇ ਵਿੱਚੋਂ ਡਿਸਚਾਰਜ ਹੋਣਾ, ਸਿੱਧਾ ਜਾਊਗਾ ਘਰੇ। ਅੱਜ ਦੀ ਰਾਤ ਕਿਆਮਤ ਦੀ ਰਾਤ ਹੈ। ਲਾ ਦੇਖ ਲਾ, ਆ ਆ ਕੋਟ। ਅੱਛਾ, ਸੱਦੀ ਕਹੀ ਜਾਂਦੀ ਕੋਟ ਦੇਖਣੀ ਆ। ਆ ਇੱਧਰ ਪਾਰਕਿੰਗ। ਅੱਛਾ, ਪੂਰਾ ਆ? ਦੋ ਮਿੰਟ ਮੈਂ ਆਇਆ। ਸਤਿ ਸ਼੍ਰੀ ਅਕਾਲ ਭਗਵਾਨ ਜੀ। ਸਤਿ ਸ਼੍ਰੀ ਅਕਾਲ। ਅੱਜ ਤਾਂ ਟਾਈਮ 'ਤੇ ਆ ਮੈਂ। ਟਾਈਮ 'ਤੇ ਤਾਂ ਹੈਗਾ, ਪਰ ਆ ਕਿਹਦਾ ਟਾਈਮ ਚੱਕੀ ਫਿਰਦਾ? ਕੌਣ ਹੈ ਜੀ? ਹਾਂ, ਮੇਰੀ ਸੈਕਰੇਟਰੀ ਆ ਜੀ, ਆਫਿਸ ਤੋਂ ਆ ਜੀ। ਸੈਕਰੇਟਰੀ ਆ ਜਾਂ ਕੋਈ ਖਾਸ ਹੀ ਹੈ? ਨਹੀਂ, ਸੈਕਰੇਟਰੀ ਆ ਜੀ। ਦੇਖੀ ਕਿਤੇ ਗੜਬੜ ਨਾ ਕਰਦੀ ਕੋਈ। ਨਹੀਂ ਭਾਜੀ, ਤੁਸੀਂ ਮੇਰੇ ਵਕੀਲ, ਥੋੜ੍ਹੇ ਥੋੜ੍ਹਾ ਲਿਖੂੰਗਾ ਕੁਛ। ਵੈਸੇ ਮੈਂ ਸੁਣਿਆ ਡਾਕਟਰ ਦੇ ਵਕੀਲ ਤੋਂ ਗੱਲ ਹੀ ਲਿਖਾਉਣੀ ਚਾਹੀਦੀ। ਵੈਰੀ ਗੁੱਡ, ਵੈਰੀ ਦੋਸਤ ਆ ਜੀ। ਕੋਰਟ ਦੇਖਣ ਆਈ ਸੀ। ਕੋਈ ਨਹੀਂ, ਪਾ ਦਿੰਦੇ ਛੱਬੀ। ਮਤਲਬ ਮਜ਼ਾਕ ਕਰ ਰਿਹਾ ਸੀ।